ਡਬਲਜ਼ ਨਹੀਂ ਕਰ ਸਕਦਾ ਇਨਫੋਰਮੇਸ਼ਨ ਪਲੀਜ਼ ਮੇਰੀ ਵੀ ਰਿਕੁਐਸਟ ਹੈ ਸਰ ਇਹਦੇ ਵਿੱਚ ਜਾਣਕਾਰੀ ਦੇ ਵਿੱਚ ਸਿਰਫ ਇੰਨਾ ਦੱਸ ਦਿਓ ਕਿ ਅੱਜ ਪੇਸ਼ੀ ਸੀ ਤੇ ਅਗਲੀ ਕੀ ਡੇਟ 25,000 ਪੈ ਗਈ ਜੀ ਤੇ ਕੀ ਬਹਿਸ ਦੇ ਵਿੱਚ ਰਹੇਗਾ ਬਹਿਸ ਨਹੀਂ ਹੁੰਦਾ ਜੀ ਉਹ ਕੋਰਟ ਦੀ ਪ੍ਰੋਸੀਡਿੰਗਸ ਹੈ ਉਹ ਤੁਸੀਂ ਬਾਅਦ ਚ ਉਹ ਡਾਕੂਮੈਂਟਸ ਦੇਖ ਸਕਦੇ ਮੈਂ ਡਾਇਵਰਜ ਨਹੀਂ ਕਰ ਸਕਦਾ ਤੁਹਾਨੂੰ ਨੋ ਇਨਫੋਰਮੇਸ਼ਨ ਕੈਨ ਬੀ ਡਾਇਵਰਜ ਫਰਮ ਮੀ ਸਰ ਰੀਜ਼ਨ ਕੀ ਹੈ ਸਰ ਨਹੀਂ ਕਰ ਸਕਦੇ ਜੀ ਇਟ ਇਜ਼ ਅ ਪਾਰਟ ਆਫ ਆਵਰ ਡਿਫੈਂਸ ਸਾਡੀ ਡਿਫੈਂਸ ਦਾ ਪਾਰਟ ਹੈ ਜੀ ਪਲੀਜ਼ ਥੈਂਕ ਯੂ ਮੁਕਦਮਾ ਨੰਬਰ 42 ਦੇ ਵਿੱਚ ਦੋਸ਼ੀ ਸੀਗਾ ਕੈਂਟ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹਦਾ ਦੋਸ਼ੀ ਆ ਜਿਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਇਹਦਾ ਰਿਮਾਂਡ ਲਿਆ ਸੀ ਪੁਲਿਸ ਰਿਮਾਂਡ 25 ਤਰੀਕ ਤੱਕ ਇਸ ਤੋਂ ਪਹਿਲਾਂ ਤੁਸੀਂ ਮਿਲੇ ਜੀ ਇਸ ਤੋਂ ਇਸ ਤੋਂ ਪਹਿਲਾਂ ਜਿਹੜੀ ਕੋਈ ਰਿਕਵਰੀ ਹੋ ਚੁੱਕੀ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਚ ਹੈ ਤੁਹਾਨੂੰ ਦੱਸੋਗੇ ਓਕੇ ਡਬਲਜ਼ ਨਹੀਂ ਕਰ ਸਕਦਾ ਇਨਫੋਰਮੇਸ਼ਨ ਪਲੀਜ਼ ਮੇਰੀ ਵੀ ਰਿਕੁਐਸਟ ਹੈ ਸਰ ਇਹਦੇ ਵਿੱਚ ਜਾਣਕਾਰੀ ਦੇ ਵਿੱਚ ਸਿਰਫ ਇੰਨਾ ਦੱਸ ਦਿਓ ਕਿ ਅੱਜ ਪੇਸ਼ੀ ਸੀ ਤੇ ਅਗਲੀ ਕੀ ਡੇਟ 25,000 ਪੈ ਗਈ ਜੀ ਤੇ ਕੀ ਬਹਿਸ ਦੇ ਵਿੱਚ ਰਹੇਗਾ ਬਹਿਸ ਨਹੀਂ ਹੁੰਦਾ ਜੀ ਉਹ ਕੋਰਟ ਦੀ ਪ੍ਰੋਸੀਡਿੰਗਸ ਹੈ ਉਹ ਤੁਸੀਂ ਬਾਅਦ ਚ ਉਹ ਡਾਕੂਮੈਂਟਸ ਦੇਖ ਸਕਦੇ ਮੈਂ ਡਾਇਵਰਜ ਨਹੀਂ ਕਰ ਸਕਦਾ ਤੁਹਾਨੂੰ ਨੋ ਇਨਫੋਰਮੇਸ਼ਨ ਕੈਨ ਬੀ ਡਾਇਵਰਜ ਫਰਮ ਮੀ ਸਰ ਰੀਜ਼ਨ ਕੀ ਹੈ ਸਰ ਨਹੀਂ ਕਰ ਸਕਦੇ ਜੀ ਇਟ ਇਜ਼ ਅ ਪਾਰਟ ਆਫ ਆਵਰ ਡਿਫੈਂਸ ਸਾਡੀ ਡਿਫੈਂਸ ਦਾ ਪਾਰਟ ਹੈ ਜੀ ਪਲੀਜ਼ ਥੈਂਕ ਯੂ ਮੁਕਦਮਾ ਨੰਬਰ 42 ਦੇ ਵਿੱਚ ਦੋਸ਼ੀ ਸੀਗਾ ਕੈਂਟ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹਦਾ ਦੋਸ਼ੀ ਆ ਜਿਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਇਹਦਾ ਰਿਮਾਂਡ ਲਿਆ ਸੀ ਪੁਲਿਸ ਰਿਮਾਂਡ 25 ਤਰੀਕ ਤੱਕ ਇਸ ਤੋਂ ਪਹਿਲਾਂ ਤੁਸੀਂ ਮਿਲੇ ਜੀ ਇਸ ਤੋਂ ਪਹਿਲਾਂ ਜਿਹੜੀ ਕੋਈ ਰਿਕਵਰੀ ਹੋ ਚੁੱਕੀ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਚ ਹੈ ਤੁਹਾਨੂੰ ਦੱਸੋਗੇ ਓਕੇ ਡਬਲਜ਼ ਨਹੀਂ ਕਰ ਸਕਦਾ ਇਨਫੋਰਮੇਸ਼ਨ ਪਲੀਜ਼ ਮੇਰੀ ਵੀ ਰਿਕੁਐਸਟ ਹੈ ਸਰ ਇਹਦੇ ਵਿੱਚ ਜਾਣਕਾਰੀ ਦੇ ਵਿੱਚ ਸਿਰਫ ਇੰਨਾ ਦੱਸ ਦਿਓ ਕਿ ਅੱਜ ਪੇਸ਼ੀ ਸੀ ਤੇ ਅਗਲੀ ਕੀ ਡੇਟ 25,000 ਪੈ ਗਈ ਜੀ ਤੇ ਕੀ ਬਹਿਸ ਦੇ ਵਿੱਚ ਰਹੇਗਾ ਬਹਿਸ ਨਹੀਂ ਹੁੰਦਾ ਜੀ ਉਹ ਕੋਰਟ ਦੀ ਪ੍ਰੋਸੀਡਿੰਗਸ ਹੈ ਉਹ ਤੁਸੀਂ ਬਾਅਦ ਚ ਉਹ ਡਾਕੂਮੈਂਟਸ ਦੇਖ ਸਕਦੇ ਮੈਂ ਡਾਇਵਰਜ ਨਹੀਂ ਕਰ ਸਕਦਾ ਤੁਹਾਨੂੰ ਨੋ ਇਨਫੋਰਮੇਸ਼ਨ ਕੈਨ ਬੀ ਡਾਇਵਰਜ ਫਰਮ ਮੀ ਸਰ ਰੀਜ਼ਨ ਕੀ ਹੈ ਸਰ ਨਹੀਂ ਕਰ ਸਕਦੇ ਜੀ ਇਟ ਇਜ਼ ਅ ਪਾਰਟ ਆਫ ਆਵਰ ਡਿਫੈਂਸ ਸਾਡੀ ਡਿਫੈਂਸ ਦਾ ਪਾਰਟ ਹੈ ਜੀ ਪਲੀਜ਼ ਥੈਂਕ ਯੂ ਮੁਕਦਮਾ ਨੰਬਰ 42 ਦੇ ਵਿੱਚ ਦੋਸ਼ੀ ਸੀਗਾ ਕੈਂਟ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹਦਾ ਦੋਸ਼ੀ ਆ ਜਿਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਇਹਦਾ ਰਿਮਾਂਡ ਲਿਆ ਸੀ ਪੁਲਿਸ ਰਿਮਾਂਡ 25 ਤਰੀਕ ਤੱਕ ਇਸ ਤੋਂ ਪਹਿਲਾਂ ਤੁਸੀਂ ਮਿਲੇ ਜੀ ਇਸ ਤੋਂ ਪਹਿਲਾਂ ਜਿਹੜੀ ਕੋਈ ਰਿਕਵਰੀ ਹੋ ਚੁੱਕੀ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਚ ਹੈ ਤੁਹਾਨੂੰ ਦੱਸੋਗੇ ਓਕੇ